ਅਸਲਾਮੁਅਲੈਕਮ। ਹਾਂ ਵੀਰੋ, ਕੀ ਹਾਲ? ਸਭ ਖਰੀਆ? ਅਤੇ ਮੈਂ ਤੁਹਾਡਾ ਭਾਈ ਮੁਹੰਮਦ ਹਾਂ। ਤੁਸੀਂ ਮੇਰਾ ਯੂਟਿਊਬ ਚੈਨਲ ਦੇਖਦੇ ਆਪਣਾ ਪੰਜਾਬ ਐਕਸਪ੍ਰੈਸ। ਅਤੇ ਅੱਜ ਸੁਬਹਾ ਸੁਬਹਾ ਦਾ ਟਾਈਮ ਹੈ, ਕੋਈ ਸਿਹਤ ਵੀ ਨਹੀਂ ਥੋੜ੍ਹੀ ਜਿਹੀ ਠੀਕ ਹੈ। ਅਤੇ ਅੱਜ ਆਪਣੀ ਸ਼ਕਰਕੰਦੀ ਮੁਕੰਮਲ ਹੋਣ ਦਾ ਆਖਰੀ ਦਿਨ ਆ, ਅਤੇ ਮੈਂ ਥੋੜ੍ਹਾ ਜਿਹਾ ਲੇਟ ਉੱਠਿਆ ਅਤੇ ਵੀਰ ਗਏ ਨੇ ਉੱਥੇ ਸ਼ਕਰਕੰਦੀ ਦੇ ਵਿੱਚ ਆਪਣਾ ਕਰਨ ਦੇ ਨੇ, ਸ਼ਕਰਕੰਦੀ ਲਵਾਉਣ ਦੇ ਆ। ਅਤੇ ਮੈਂ ਹੁਣ ਚੱਲਾਂ ਉਹਨਾਂ ਵੱਲ, ਅਤੇ ਅੱਜ ਲੇਬਰ ਵਾਸਤੇ ਅਤੇ ਬੱਚਿਆਂ ਵਾਸਤੇ ਡੇਗ ਦਾ ਪ੍ਰੋਗਰਾਮ ਬਣਿਆ, ਡੇਗ ਵੀ ਪਕਵਾ ਰਹੇ ਨੇ। ਅਤੇ ਮੈਂ ਜਿਹੜਾ ਚੱਲਾਂ ਹੁਣ ਸ਼ਹਿਰ, ਅਤੇ ਸ਼ਹਿਰ ਜਾ ਕੇ ਜਿਹੜਾ ਥੋੜ੍ਹਾ ਜਿਹਾ ਕੰਮ ਹੈ, ਇਹ ਆਪਾਂ ਸ਼ਨਾਖਤੀ ਕਾਰਡ ਵੀ ਲਿਆ ਲਿਆ, ਨਾਲ ਚੱਕ ਵੀ ਲਿਆ ਲਿਆ, ਅਤੇ ਥੋੜ੍ਹਾ ਜਿਹਾ ਮਾਲ ਲਿਆਉਂਦੇ, ਅਤੇ ਮੂੰਹ ਦੀ ਵੀ ਰੌਣਕ ਜਿਹੜਾ ਬਦਲੇਗੀ, ਜੇਬ ਦੀ ਵੀ ਰੌਣਕ ਬਦਲੇਗੀ, ਅਤੇ ਨਾਲ ਲੇਬਰ ਦੀ ਮਜ਼ਦੂਰੀ ਦੇਣੀ ਹੈ ਉਹ ਵੀ ਦੇਵਾਂਗੇ, ਅਤੇ ਜਿੰਨੇ ਵੀ ਮਾਮਲਾਤ ਨੇ ਸਾਰੇ ਦੇ ਸਾਰੇ ਹੱਲ ਕਰਾਂਗੇ। ਅਤੇ ਪੈਸੇ ਤੋਂ ਬਗੈਰ ਕਹਿੰਦੇ ਜ਼ਿੰਦਗੀ ਕੋਈ ਨਹੀਂ ਹੁੰਦੀ। ਅਤੇ ਅੱਜ ਇਨਸ਼ਾਅੱਲਾ ਸਾਰੀ ਲੇਬਰ ਜਿਹੜੀ ਹੈ ਉਹਦੀ ਵੀ ਖੁਸ਼ੀ ਜਿਹੜੀ ਬਹੁਤ ਜ਼ਿਆਦਾ ਹੈ, ਕਿ ਅੱਜ ਸਾਨੂੰ ਸਾਰਾ ਹਿਸਾਬ ਕਿਤਾਬ ਜਿਹੜਾ ਮਿਲ ਜਾਣਾ, ਉਹਨਾਂ ਦੀ ਟੋਟਲ ਜਿੰਨੀ ਵੀ ਮਜ਼ਦੂਰੀ ਆ ਅੱਜ ਇਨਸ਼ਾਅੱਲਾ ਕਲੀਅਰ ਕਰਾਂਗੇ, ਅਤੇ ਸਾਰੇ ਦੇ ਸਾਰੇ ਰਾਜ਼ੀ ਹੋ ਜਾਣਗੇ, ਖੁਸ਼ ਹੋ ਜਾਣਗੇ। ਅਤੇ ਹੁਣ ਤੁਹਾਨੂੰ ਆਪਣਾ ਲੈ ਕੇ ਚੱਲਦੇ ਹਾਂ ਟਰਾਲੀਆਂ 'ਚ, ਜਿੱਥੇ ਲੇਬਰ ਲੱਗੀ ਅਤੇ ਜਿੱਥੇ ਦੇਗ ਦਾ ਪ੍ਰੋਗਰਾਮ ਹੋਣ ਦਿਆ। ਤੁਸੀਂ ਸਾਡੇ ਨਾਲ ਜੁੜੇ ਰਹਿਣਾ, ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਵੀਰਾਂ ਨੇ, ਅਤੇ ਤੁਹਾਨੂੰ ਰੌਣਕ ਮੇਲਾ ਆਪਾਂ ਵਿਖਾਉਂਦੇ ਰਹਿਣਾ। ਵੀਰੋ, ਛੋਟਾ ਵੀਰ ਆ ਗਿਆ ਸੀ ਮੁਹੰਮਦ ਇਰਫਾਨ ਸਾਹਿਬ, ਅਤੇ ਇਹ ਹੁਣ ਮੋਟਰਸਾਈਕਲ ਚਲਾ ਰਿਹਾ, ਅਤੇ ਮੈਂ ਇਹਦੇ ਮਗਰ ਬਹਿ ਗਿਆ। ਭੋਲਾ ਭੋਲਾ ਭੋਲਾ, ਇਹ ਹੁਣ ਆਪਣੇ ਘਰੋਂ ਨਿਕਲੇ ਬਾਹਰ ਨੂੰ, ਅਤੇ ਮਾਸ਼ਾਅੱਲਾ ਅੱਗੇ ਤੁਸੀਂ ਆ ਬੱਕਰੀਆਂ ਦੀ ਰੌਣਕ ਵੇਖ ਸਕਦੇ ਜੀ, ਆਰਾਮ ਨਾਲ ਜਾਣ ਦੇ ਆਰਾਮ। ਹਾਂਜੀ, ਅਤੇ ਮੁਹੰਮਦ ਇਰਫਾਨ ਨੇ ਪੇਸ਼ਨਗੋਈ ਕੀਤੀ ਹੈ ਜੀ, ਮੌਸਮ ਖਰਾਬ ਆ, ਅਤੇ ਦੇਗ ਜਿਹੜੀ ਹੈ ਉਹ ਜਨਾਬ ਉੱਥੇ ਨਾ ਪੈ ਲਈਆਂ ਜੇ ਪਕਾਈਏ, ਅਤੇ ਦੇਗ ਇੱਥੇ ਲਿਆ ਕੇ ਆਪਣੀ ਹਵੇਲੀ ਦੇ ਵਿੱਚ ਡੇਰੇ 'ਚ ਪਕਾ ਲਈਏ, ਅਤੇ ਫਿਰ ਉੱਥੇ ਦੇਖਣ ਵਾਸਤੇ ਲੈ ਜਾਵਾਂਗੇ। ਅਤੇ ਆਹ ਰੱਖਿਆ ਕਰਦਾ ਵੀ ਇਹ ਪਤਾ ਹੀ ਹੈ। ਹਾਂਜੀ, ਤਾਂ ਦਿਖਾਉਂਦੇ ਹਾਂ, ਜਿਵੇਂ ਤੁਸੀਂ ਸਾਡੇ ਪਿਛਲੇ ਵਲੋਗ 'ਚ ਵੇਖਿਆ ਸੀ ਕਿ ਇਹ ਕਿੱਧਰ 'ਤੇ ਆ ਸੜਕ ਹੈ, ਅੱਜ ਵੀ ਤੁਹਾਨੂੰ ਦਿਖਾ ਰਹੇ ਹਾਂ, ਅਤੇ ਸਾਹਮਣੇ ਇੱਕ ਮਿੰਟ ਤੋਂ ਬਾਅਦ ਆਪਣੀ ਪੈਲੀਆਂ ਆ ਜਾਣੀਆਂ। ਲਓ ਜੀ, ਇਹ ਲੇਬਰ ਵੇਖ ਲਓ, ਤਾਂ ਕਣੀਆਂ ਪਾ ਕੇ ਮੁਹੰਮਦ ਇਰਫਾਨ ਸਾਹਿਬ ਆ ਗਏ, ਧਿਆਨ ਨਾਲ ਧਿਆਨ ਨਾਲ ਸੇਠ ਨੂੰ ਪਰੇ ਕਰਦੇ ਅੱਗੋਂ। ਜਾਣ ਦਿਓ ਜੀ, ਜਾਣ। ਹਾਂਜੀ, ਅਤੇ ਕਣੀਆਂ ਪਾ ਕੇ ਮੁਹੰਮਦ ਇਰਫਾਨ ਸਾਹਿਬ ਆ ਗਈਆਂ, ਅਤੇ ਬਿਹਤਰ ਤਾਂ ਗੱਲ ਇਹ ਹੀ ਹੈ ਕਿ ਚੋਰੀ ਸਾਹਿਬ ਜੀ ਉੱਥੇ ਜਿਹੜਾ ਨਾ ਪ੍ਰੋਗਰਾਮ ਉੱਥੇ ਬਹਾਈਏ, ਨਾ ਜੀ ਨੂੰ ਵੀ ਉੱਥੇ ਲੈ ਚੱਲੋ, ਸਮਾਨ ਸਾਰਾ ਉੱਥੇ ਚੁੱਕ ਕੇ ਲੈ ਚੱਲੋ। ਅਤੇ ਲਓ ਜੀ ਸੱਜਣੋ ਅਤੇ ਮਿੱਤਰੋ, ਹੁਣ ਆਪਣੀ ਪੈਲੀਆਂ ਦੇ ਵਿੱਚ ਗਏ ਜੇ ਪਹੁੰਚ ਵਾੜਦੇ ਵਾੜਦੇ, ਅਤੇ ਜਨਾਬ ਪ੍ਰੋਗਰਾਮ 'ਤੇ ਸਾਰਾ ਭਖਿਆ ਪਿਆ ਸੀ, ਅੱਗੋਂ ਵੇਖ ਲੈਂਦੇ ਕੀ ਸੂਰਤ ਹਾਲ ਆ। ਹਾਂਜੀ, ਆ ਜੀ ਜਨਾਬ ਰੰਗੂ ਸਾਹਿਬ। ਹਾਂਜੀ ਰੰਗੂ ਸਾਹਿਬ, ਸੁਣਾਓ ਕੀ ਹਾਲ ਹੈ? ਅੱਛਾ ਜੀ, ਬਾਬਾ ਬਸ਼ੀਰ, ਬਾਬਾ ਜੀ ਕੀ ਹਾਲ ਹੈ? ਹਾਂਜੀ, ਲਓ ਜੀ ਸੱਜਣੋ ਅਤੇ ਮਿੱਤਰੋ, ਆ ਵੇਖ ਲਓ ਸਾਰਾ ਸਮਾਨ ਤਿਆਰ ਆ, ਅਤੇ ਬਾਰਿਸ਼ ਆ ਗਈ ਜੇ ਯਾਰ, ਅਤੇ ਬਾਰਿਸ਼ ਆ ਗਈ ਆ ਸਾਹਮਣੇ, ਬਾਰਿਸ਼ ਆ ਗਈ ਜੇ, ਚਲੋ ਯਾਰ ਮੁਹੰਮਦ ਬਦਾਰ ਆ ਜਾ। ਲਓ ਵੀ ਸੱਜਣੋ, ਬਾਰਿਸ਼ ਜਿਹੜੀ ਜੇ ਉਹ ਸ਼ੁਰੂ ਹੋ ਗਈ ਜੇ, ਤੈਨੂੰ ਨਜ਼ਰ ਆ ਹੀ ਰਹੀ ਹੈ, ਅਤੇ ਬਦਾਰ ਆ ਜਾ, ਟਰੈਕਟਰ ਵੀ ਹਵੇਲੀਓਂ ਸਟਾਰਟ ਹੋ ਗਿਆ, ਛੋਟੇ ਨੇ ਟਰੈਕਟਰ ਸਟਾਰਟ ਕਰ ਲਿਆ। ਹੱਥ ਰੱਖ ਇੱਥੇ ਹੋਏ, ਟਰੈਕਟਰ ਵੀ ਸਟਾਰਟ ਹੋ ਗਿਆ। ਇਹ ਚੱਲਾ ਜਨਾਬ ਆਪਣਾ ਕੱਦੂ ਮਾਰਨ, ਅੱਜ ਮੈਂ ਨਹੀਂ ਅੱਜ ਜਾ ਰਿਹਾ, ਮੇਰੀ ਕੋਈ ਥੋੜ੍ਹੀ ਸਿਹਤ ਠੀਕ ਨਹੀਂ ਆ, ਅਤੇ ਮੈਂ ਤੁਹਾਨੂੰ ਦੱਸਿਆ ਕਿ ਮੈਂ ਕਿਤੇ ਜਾਣਾ ਕੰਮ,
ਤੇ ਇੱਥੇ ਹੁਣ ਗੇਟ ਹਜੇ ਬੰਦ ਵਾ ਦੂਸਰੀ ਹਵੇਲੀ ਦਾ। ਉਹ ਆ ਚਾਬੀ ਫੜ ਕੇ ਲਿਆ ਜੀ, ਕਿੱਥੇ ਆ? ਅੱਛਾ ਜੀ, ਮੰਮਾ ਦਾ ਹਰੂਣ ਸਾਹਿਬ ਪਤੀਲਾ ਚੱਕ ਲਿਆਏ ਨੇ ਮਰੱਬਿਓਂ ਬਾਹਰ ਨੂੰ ਆ। ਵਾਹ, ਅਤੇ ਨਾਲ ਜਵਾਬ ਸਾਹਿਬ ਜੀ ਲੋ ਵੀ ਰੰਗਲੀ ਨੇ ਅੱਗ ਦਾ ਛੋਲਾ ਦਿੱਤਾ ਜੀ। ਬਾਲ ਧਿਆਨ ਨਾ ਭਾਈ, ਵੇਖੋ ਰੰਗਲੀ ਦੀਆਂ ਸੱਟਾਂ ਵੇਖੋ ਭਾਈ, ਜਾਦੂ ਕਰਕੇ ਨੇ ਟਾਕੀ ਸੁੱਟੀ ਹੈ, ਤੈਨੂੰ ਅੱਗ ਹੀ ਅੱਗ ਹੋ ਗਈ ਜੀ। ਲਓ ਜੀ, ਰੰਗਲੀ ਨੇ ਪਤੀਲਾ ਚਾੜਤਾ ਤੇ ਘਿਓ ਦਿੱਤਾ ਜੀ ਵਿੱਚ ਪਾ, ਤੇ ਕੰਮ ਸ਼ੁਰੂ ਕਰ ਛੱਡਿਆ ਜੀ। ਲਓ ਵੀ ਸੱਜਣੋ ਤੇ ਮਿੱਤਰੋ, ਦੇਗ ਪੱਕ ਗਈ ਹੈ ਤੇ ਰੰਗਲੀ ਵੀ ਬੈਠੇ ਤੇ ਨਾਲ ਮਦਰ ਫਾਨ ਵੀ ਬੈਠਾ, ਤੇ ਮੈਂ ਆ ਜੇ ਬਾਹਰੋਂ ਪੈਲੀਆਂ ਚੋਂ, ਪੈਲੀ ਵਗਣ ਦੀ ਉੱਥੇ, ਤੇ ਉੱਥੇ ਹੀ ਪਹੁੰਚ ਗਏ ਹਾਂ ਪਤੀਲਾ ਲੈ ਕੇ, ਅਤੇ ਤੈਨੂੰ ਮਾਹੌਲ ਵਿਖਾਉਂਦੇ, ਬਿਰਿਆਨੀ ਪੂਰੀ ਬਣੀ ਹੈ ਮਜ਼ੇ ਦੀ। ਚੰਗਾ ਸਪਾਈਸੀ ਕੀਤਾ ਕਿ ਹਲਕਾ ਫੁਲਕਾ ਹੀ ਕੰਮ ਕੀਤਾ? ਅੱਛਾ ਜੀ, ਨਾਈ ਸਾਹਿਬ ਤੇ ਬੋਲਦੇ ਨਹੀਂ ਰੰਗੂ ਸਾਹਿਬ? ਅੱਛਾ ਜੀ, ਚਲੋ ਠੀਕ ਹੋ, ਠੀਕ ਹੈ। ਹਾਂ ਵੀ ਸੱਜਣੋ ਤੇ ਮਿੱਤਰੋ, ਕੰਮ ਸ਼ੁਰੂ ਹੋ ਗਿਆ, ਚਾਵਲ ਹੁਣ ਪੱਕ ਗਏ ਆ, ਤੇ ਲਓ ਜੀ ਹਾਂਜੀ ਵੇਖ ਬੋਟੀ, ਚਾਚਾ ਬੋਟੀ ਨੀ, ਮੇਰਾ ਬੜਾ ਦਿਲ ਕਰਦਾ ਪੁੱਤ ਇੱਧਰ ਨੂੰ ਥੋੜਾ ਜਿਹਾ। ਹਾਂਜੀ ਤੇ ਹੈਲੋ, ਓਏ ਚਾਵਲ ਤਾਂ ਲਿਆਇਓ, ਉਰੇ ਆ ਲੈਜੋ, ਉਰੇ ਆਇਓ, ਕਿਉਂ ਰਹਿਣਾ? ਖਾਲੇ ਚਾਵਲ ਸਾਰੇ, ਕਿਹਨੇ ਖਾ ਲਿਆ? ਖਾਦੇ ਕਿੰਨੇ ਨੇ? ਮੈਂ ਉਦੋਂ ਕਿਹਾ ਸੀ ਇੱਕ ਫੋਨ ਨਹੀਂ ਹੱਥ ਦਾ, ਉਹ ਸ਼ਾਮ ਸ਼ਾਮ ਕਰਕੇ ਸਾਫ਼ ਕਰ ਸੁਣੀ, ਆਹ ਵੀ ਮੁੱਕ ਤੇ ਮਗਰੋਂ ਗਿਆ ਹੀ ਸੀ।